ਤਾਉਤੇ ਤੂਫਾਨ ਦੀ ਜਿਹੜੀ ਤਬਾਹੀ ਅਸੀਂ ਦੇਖਿਆ ਕਿ ਗੁਜਰਾਤ ਦੇ ਵਿੱਚ ਕੀ ਕੁਝ ਕੀਤਾ ਹੈ ਤਾਉਤੇ ਤੋਂ ਬਾਅਦ ਦੇ ਵਿੱਚ ਇੱਕ ਨਵਾਂ ਸਮੁੰਦਰੀ ਤੂਫਾਨ ਬੰਗਾਲ ਦੀ ਖਾੜੀ ਦੇ ਵਿੱਚ ਵਾਸ ਦੇ ਨਾਮ ਦੇ ਨਾਲ ਹੈ ਉਹ ਉੱਭਰ ਰਿਹਾ ਹੈ ਤੇ ਇਸ ਸਮੇਂ ਭਾਵੇਂ ਕਿ ਜਿਹੜੀ ਜ਼ਿਲੇਵਾਰ ਮੌਸਮ ਦੀ ਵੀਡੀਓ ਵੀ ਲੇਟ ਕੀਤੀਆਂ ਕਿਉਂਕਿ ਤਾਉਤੇ ਨੇ ਪ੍ਰਭਾਵ ਵੀ ਨਾ ਪਾਇਆ ਸੀ ਕਿ ਅਸੀਂ ਕੋਈ ਡਾਟਾ ਸਹੀ ਦੱਸ ਹੀ ਨਹੀਂ ਸਕਦੇ ਸੀ ਤੇ ਉਹਦੇ ਵਿੱਚ ਚੇਂਜ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਸੀਗੀ। ਇਹ ਵੀਡੀਓ ਰਿਕਾਰਡ ਕੀਤੀ ਸੀਗੀ 19 ਮਈ 2021 ਨੂੰ ਤੇ ਐਸ ਸਮੇਂ ਆਪਾਂ ਦੇਖਦੇ ਆਂ ਪਹਿਲਾਂ ਤਾਂ ਤਾਉ ਤੇ ਜਿਹੜਾ ਕਿ ਕਾਫੀ ਜ਼ਿਆਦਾ ਕਮਜ਼ੋਰ ਹੋ ਗਿਆ ਹੈ ਤੇ ਇਹਦਾ ਜਿਹੜਾ ਰਸਤਾ ਹੈਗਾ ਉਹ ਕੀ ਹੋਊਗਾ ਉਹ ਵੀ ਸਾਨੂੰ ਜਾਨਣਾ ਜ਼ਰੂਰੀ ਬੰਦਾ ਹੈ। ਇਹ ਰਾਜਸਥਾਨ ਦੇ ਉੱਪਰ ਦੀ ਹੁੰਦਾ ਹੋਇਆ ਦਿੱਲੀ ਦੇ ਨਾਲ ਦੀ ਪੱਛਮੀ ਉੱਤਰ ਪ੍ਰਦੇਸ਼ ਵਾਲੇ ਪਾਸੇ ਰਹੀ ਹੁੰਦਾ ਹੋਇਆ ਉਤਰਾਖੰਡ ਤੱਕ ਪਹੁੰਚ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਉਤਰਾਖੰਡ ਦੇ ਵਿੱਚ ਹੈਵੀ ਰੇਨ ਦੀ ਵਾਰਨਿੰਗ ਵੀ ਜਾਰੀ ਹੋਈ ਹੈ ਇਹ ਗੁਜ਼ਰ ਜਾਏਗਾ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਵਾਸ ਨਾਮ ਦਾ ਸਮੁੰਦਰੀ ਤੂਫਾਨ ਹੈਗਾ ਉਹ ਬੰਗਾਲ ਦੀ ਖਾੜੀ ਦੇ ਵਿੱਚ ਆਹਟ ਦੇ ਰਿਹਾ ਹੈ ਕਿਉਂਕਿ ਇਹ ਮਾਨਸੂਨ ਵੀ ਅੰਡੇਮਾਨ ਨਿਕੋਬਾ ਦੀ ਸਮੁੰਦਰ ਦੇ ਵਿੱਚ ਜਿਹੜੀ ਦਸਤਕ ਦੇਣ ਲੱਗੀ ਹੈ ਤੇ ਨਾਲ ਹੀਦਰ ਇੱਕ ਜਿਹੜਾ ਹੈਗਾ ਵਾਸ ਨਾਮ ਦਾ ਜਿਹੜਾ ਸਮੁੰਦਰੀ ਤੂਫਾਨ ਹੈ ਉਹ ਵੀ ਜਨਮ ਲੈ ਰਿਹਾ ਹੈ ਇਸ ਤੋਂ ਬਾਅਦ ਚ ਗੁਲਾਬ ਆਏਗਾ ਗੁਲਾਬ ਦਾ ਨਾਮ ਪਾਕਿਸਤਾਨ ਨੇ ਰੱਖਿਆ ਹੈ ਵਾਸ ਦਾ ਨਾਮ ਜਿਹੜਾ ਹੈਗਾ ਆ ਓਮਾਨ ਨੇ ਦਿੱਤਾ ਹੈਗਾ ਇਹ ਇਸ ਜਗ੍ਹਾ ਦੇ ਉੱਪਰ ਲਗਭਗ 24 ਮਈ 2021 ਦੇ ਨੇੜੇ ਇਹ ਬਣਨਾ ਸ਼ੁਰੂ ਹੋਏਗਾ ਜਿਵੇਂ ਕਿ ਤੁਸੀਂ ਤੁਸੀਂ ਇੱਥੇ ਦੇਖ ਹੀ ਰਹੇ ਹੋ ਕਿ ਦੇਖੋ ਸਭ ਤੋਂ ਪਹਿਲਾਂ ਘੱਟ ਵਾਯੂ ਦਾਬ ਦਾ ਖੇਤਰ ਇਸ ਜਗ੍ਹਾ ਤੇ ਬਣਦਾ ਹੈ ਏ ਬਣ ਚੁੱਕਾ ਹੈ ਇਸ ਤੋਂ ਬਾਅਦ ਦੇ ਵਿੱਚ ਇਹ ਡਿਪਰੈਸ਼ਨ ਬਣੇਗਾ ਫਿਰ ਡੀਪ ਡਿਪਰੈਸ਼ਨ ਬਣੇਗਾ ਫਿਰ ਇਹ ਸਾਈਕਲੋਨ ਬਣੇਗਾ ਤੇ ਇਹ ਸਾਈਕਲੋਨ 26 ਮਈ 2121 ਦੇ ਨੇੜੇ ਥਿੜੇ ਉੜੀਸਾ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਕਿਸੇ ਇੱਕ ਜਗ੍ਹਾ ਤੋਂ ਜਿਹੜਾ ਹੈਗਾ ਭਾਰਤ ਦੀ ਸੀਮਾ ਦੇ ਵਿੱਚ ਜਾਂ ਤੱਟਾਂ ਦੇ ਵਿੱਚ ਕਰਾਏਗਾ ਤੇ ਅੰਦਰ ਜਿਹੜਾ ਹੈਗਾ ਉਹ ਵੜੇਗਾ ਫੇਰ ਜਿਹੜਾ ਇਹਦਾ ਹੁਣ ਰਸਤਾ ਦਿਖਾਇਆ ਗਿਆ ਹੈਗਾ ਇਹ ਬਿਹਾਰ ਹੁੰਦਾ ਹੋਇਆ ਪਹੁੰਚੇਗਾ ਇਲਾਹਾਬਾਦ ਤੱਕ ਰਸਤੇ ਬਦਲ ਜਾਂਦੇ ਹੈ ਜਿਹੜਾ ਕਿਉਂਕਿ ਇਹ ਤੂਫਾਨ ਅੱਗੇ ਪਿੱਛੇ ਘੁੰਮਦੇ ਰਹਿੰਦੇ ਹੈ ਤਾਂ ਹੋ ਸਕਦਾ ਹੈ ਕਿ ਜਿਸ ਸਮੇਂ ਇਹ ਤੂਫਾਨ ਆਏ ਉਸ ਸਮੇਂ ਤੱਕ ਰਸਤਾ ਬਦਲ ਜਾਵੇ ਆ ਪਰੰਤੂ ਘੱਟੋ ਘੱਟ ਇੰਨੀ ਕੋ ਸੰਤੁਸ਼ਟੀ ਜ਼ਰੂਰ ਹੈ ਕਿ ਸਾਇੰਸ ਨੇ ਤਰੱਕੀ ਬਹੁਤ ਕੀਤੀ ਹੈ ਅਲੱਗ-ਅਲੱਗ ਮਾਡਲ ਪੇਸ਼ ਕਰਦੇ ਆ ਜਿਵੇਂ ਹੁਣ ਸਾਨੂੰ ਪਤਾ ਲੱਗ ਗਿਆ ਮੇਰੇ ਅਰਗੇ ਬੰਦੇ ਨੂੰ ਪਤਾ ਲੱਗ ਗਿਆ ਤਾਂ ਵੱਡੇ ਵਿਗਿਆਨੀਆਂ ਨੂੰ ਤਾਂ ਇਸ ਤੋਂ ਅਗਲੇ ਗੁਲਾਬ ਦਾ ਵੀ ਪਤਾ ਹੈ ਤਾਂ ਗੁਲਾਬ ਤੋਂ ਅਗਲੇ ਦਾ ਵੀ ਪਤਾ ਹੈ ਜਿਹੜਾ ਕਿ ਮੇਰੇ ਖਿਆਲ ਸ਼ਾਹੀਨ ਦੇ ਨਾਮ ਤੇ ਆਏਗਾ ਤਾਂ ਉਹ ਸਾਹ ਦੇ ਨਾਲ ਇਹ ਸ਼ੁਰੂ ਤੋਂ ਹੀ ਤਿਆਰੀਆਂ ਹੋ ਜਾਂਦੀਆਂ ਜਿਵੇਂ ਹੁਣ ਅਸੀਂ ਤਾਉ ਤੇ ਦੇਖਿਆ ਤਾਉ ਤੇ ਦੇ ਵਿੱਚ ਇਹ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਬਹੁਤ ਜ਼ਿਆਦਾ ਇੱਕ ਉਹ ਜਿਹੜਾ ਸਮੁੰਦਰੀ ਜਹਾਜ਼ ਦਾ ਨੁਕਸਾਨ ਹੋਇਆ ਉਹ ਚਲੋ ਕੈਪਟਨ ਦੀ ਆਪ ਦੇ ਲਾਲਚ ਦੇ ਕਰਕੇ ਹੋਇਆ ਵੈਸੇ ਜਿਹੜਾ ਜਾਨੀ ਨੁਕਸਾਨ ਹੈ ਬਹੁਤ ਘੱਟ ਹੋਇਆ ਕਿਉਂਕਿ ਅਸੀਂ ਲੱਖਾਂ ਬੰਦੇ ਪਹਿਲਾਂ ਹੀ ਉੱਥੋਂ ਹਟਾ ਦਿੱਤੇ ਸੀਗੇ ਤਾਂ ਸਾਇੰਸ ਨੂੰ ਸਲਾਮ ਕਰਨਾ ਚਾਹੀਦਾ ਹੈ ਕਿ ਸਾਇੰਸ ਦੇ ਕਰਕੇ ਇਹ ਚੀਜ਼ਾਂ ਸੰਭਵ ਹੋ ਸਕੀਆਂ ਮੌਸਮ ਦੀ ਜੇਕਰ ਤੁਸੀਂ ਗੱਲ ਕਰਦੇ ਹੋ ਤਾਂ ਅਸਲ ਦੇ ਵਿੱਚ ਕੀ ਹੈ ਇੱਕ ਜਿਹੜਾ ਤਾਊ ਤੇ ਤੂਫਾਨ ਸੀਗਾ ਨਾ ਇਹ ਇੱਕ ਬਹੁਤ ਵੱਡਾ ਤੂਫਾਨ ਸੀਗਾ ਜਦੋਂ ਇੱਡਾ ਵੱਡਾ ਤੂਫਾਨ ਆਉਂਦਾ ਹੈ ਤਾਂ ਜਿਹੜੇ ਲੰਮੇ ਚੋੜੇ ਸਿਸਟਮ ਦੇ ਵਿੱਚ ਫੈਲਿਆ ਹੁੰਦਾ ਹੈ ਕਿ ਜੇਕਰ ਇਹ ਗੁਜਰਾਤ ਤੇ ਸੀਗਾ ਤਾਂ ਇਹਦੇ ਇੱਕ ਸਾਈਡ ਤੇ 1000 ਕਿਲੋਮੀਟਰ ਦੂਰ ਤੱਕ ਬੱਦਲ ਫੈਲੇ ਹੋਏ ਸੀਗੇ ਤਾਂ ਭਾਰਤ ਦੇ ਉੱਤੇ ਜਿੰਨੇ ਵੀ ਮੌਸਮੀ ਸਿਸਟਮ ਚੱਲ ਰਹੇ ਸੀ ਸਾਰੇ ਸਿਸਟਮ ਨੂੰ ਇਹ ਆਪਸ ਦੇ ਵਿੱਚ ਖਾ ਗਿਆ ਸੀਗਾ ਤੇ ਸਾਰੇ ਮੌਸਮੀ ਸਿਸਟਮ ਨੂੰ ਜਦੋਂ ਇਹ ਖਾ ਗਿਆ ਤਾਂ ਇੱਕ ਵਾਰ ਜਿਹੜਾ ਹੈਗਾ ਤੂਫਾਨ ਤੋਂ ਪਾਸੇ ਜਿੱਥੇ ਨਹੀਂ ਸੀ ਉੱਥੇ ਸਾਰੀਆਂ بارشਾਂ ਵਗੈਰਾ ਖਤਮ ਹੋ ਗਈਆਂ ਸੀਆਂ ਤੇ ਹਰ ਇੱਕ ਏਰੀਏ ਨੂੰ ਭਾਰਤ ਦੇ ਜ਼ਿਆਦਾਤਰ ਏਰੀਏ ਨੂੰ ਇਹ ਡਾਇਰੈਕਟਲੀ ਪ੍ਰਭਾਵਿਤ ਕਰ ਰਿਹਾ ਸੀਗਾ ਤਾਂ ਉਹਦੇ ਕਰਕੇ ਹੀ ਜਿਹੜਾ ਮੌਸਮ ਦੀ ਜਾਣਕਾਰੀ ਉਸ ਸਮੇਂ ਦੇ ਦੌਰਾਨ ਸੀਗੀ ਉਹ ਜ਼ਿਲ੍ਹੇਵਾਰ ਮੈਂ ਵੀ ਨਹੀਂ ਦਿੱਤੀ ਜਾਣਕਾਰੀ ਤੇ ਬਾਕੀ ਕਾਰਨ ਵਡਾਏ ਸੀਗਾ ਕਿ ਉੱਚ ਉੱਪਰ ਨੀਚੇ ਬਹੁਤ ਜ਼ਿਆਦਾ ਹੁੰਦੀ ਸੀ ਇਹ ਹੋ ਸਕਦਾ ਸੀ ਕਿ ਉਹ ਗਲਤ ਸਬਤ ਹੋਵੇ ਸਹੀ ਸਬਤ ਹੋਵੇ ਤਾਂ ਹੁਣ ਆਪਾਂ ਅੱਜ ਸ਼ੁਰੂ ਕਰਾਂਗੇ ਕਿ ਜ਼ਿਲ੍ਹੇਵਾਰ ਮੌਸਮ ਕਿਸ ਤਰੀਕੇ ਦਾ ਰਹੇਗਾ ਅੱਗੇ ਪੱਛਮੀ ਡਿਸਟਰਬੈਂਸ ਵੀ ਆਉਣ ਵਾਲਾ ਹੈਗਾ ਤੇ ਉਹਦਾ ਕੀ ਪ੍ਰਭਾਵ ਰਹੇਗਾ ਤਾ ਹੁਣ 26 ਮਈ 2021 ਦੇ ਨੇੜੇ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਬਣ ਆਲਾ ਤੂਫਾਨ ਹੈਗਾ ਉਹ ਸਾਡੇ ਓਡੀਸ਼ਾ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਕਿਸੇ ਟੱਟ ਦੇ ਨਾਲ ਟਕਰਾਊਗਾ ਤਾਂ ਉਤੇ ਜਿੰਨਾ ਇਹ ਖਤਰਨਾਕ ਨਹੀਂ ਹੋਊਗਾ ਵਾਸ ਨਾਮ ਇਹਦਾ Oman ਨੇ ਦਿੱਤਾ ਇਸ ਤੋਂ ਬਾਅਦ ਇਹ ਵਿੱਚ ਗੁਲਾਬ ਆਏਗਾ ਜਿਹਦਾ ਨਾਮ ਪਾਕਿਸਤਾਨ ਨੇ ਦਿੱਤਾ ਗੁਲਾਬ ਤੋਂ ਬਾਅਦ ਸ਼ਾਹੀਨ ਜਾਂ ਇਸ ਤਰ੍ਹਾਂ ਦਾ ਕੋਈ ਨਾਮ ਹੈ ਉਹ ਆਏਗਾ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ ਬਾਕੀ ਖੁਸ਼ੀ ਦੀ ਗੱਲ ਹੈ ਮਾਨਸੂਨ ਇਹ ਬੜੀ ਤੇਜ਼ੀ ਦੇ ਨਾਲ ਇਹ ਦਸਤਕ ਦੇਣ ਲੱਗਿਆ ਹੈ ਹਾਲਾਤ ਬਣ ਗਏ ਐ ਬੰਗਾਲ ਦੀ ਖਾੜੀ ਦੇ ਵਿੱਚ ਤੇ ਬਹੁਤ ਜਲਦੀ ਮਾਨਸੂਨ ਦੀ ਖੁਸ਼ਖਬਰੀ ਮਿਲੇਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ